Bismillah ar-Rahman ar-Rahim. Assalamu alaikum. Ji, mida sare bhaino bhara theek ho sara Allah ne so man jo so ji. Kya banai kindi hai? Peene ha mandala uthe ha time ho gaya taqriban 1:30 baje na raat ko late hi sote hain thode gappa maarne rahe hain. Te hun khulli hai. Te bhai kaisro nu ja ke mandale shower shower kiti gaye ne. Te aane na bhai assi banai diyo nashta. Nashta unna ki banai ta deni hai pehle bahar na mausam hi tusi dassi na bada sohna ye mausam bane ya. Na hawar na chakhad na barish na aandhi. ਚੜ ਤਾਂ ਪਏ ਆ ਕੋਈ ਧੁੱਪ ਛੁੱਪ ਵੀ ਕੋਣੀ ਬੜਾ ਹੀ ਮਾਇਲਡ ਜਿਹਾ ਮੌਸਮ ਹੈ ਠੰਡ ਹੈ ਨਾ ਗਰਮੀ ਹੈ ਨਾ ਠੰਡ ਹੈ ਤਾਂ ਬਾਹਰ ਵਾਲਿਆਂ ਨੂੰ ਤੁਸੀਂ ਦੱਸਣੇ ਆ ਥੋੜ੍ਹਾ ਜਿਹਾ ਬਾਹਰ ਗਾਰਡਨਾਂ 'ਚ ਹੀ ਆ ਗਾਰਡਨਾਂ 'ਚ ਪੱਤਲ ਛੱਤਲ ਵੀ ਕਾਫੀ ਝੱਠੇ ਵੇ ਗੰਧ ਜਿਹਾ ਪਏ ਆ ਇੱਥੇ ਵੀ ਅਤੇ ਚਲੋ ਬਾਹਰ ਵਾਲਿਆਂ ਨੂੰ ਤੁਸੀਂ ਦੱਸਣੇ ਆ ਫਿਰ ਜੁਲੇ ਆ ਭਾਈ ਕੈਸਰ ਉਹਨੇ ਨਾਸ਼ਤਾ ਬਣਾਈ ਤਾਂ ਦੇਣੇ ਨਾਸ਼ਤਾ ਕਿਹੜਾ ਬਣਾਉਣੇ ਉਹ ਵੀ ਤੁਸੀਂ ਉਹ ਕਰਨੇ ਆ ਸਕੋ ਇਹ ਅਜੇ ਤਾਂ ਕੋਈ ਪਰਿੰਦੇ ਵੀ ਕੋਈ ਨਹੀਂ ਉਹ ਹੈ ਕੋਈ ਦੂਰ ਜਿਹਾ ਨਜ਼ਰ ਆਇਆ ਬਾਰਾਂ ਨੂੰ ਮੌਸਮ ਦਾ ਉੱਠੋ ਤਾਂ ਕਿੰਨਾ ਤਾਂ ਇੱਧਰ ਛੱਤਾਂ ਪਰ ਤੱਕੋ ਕਿਧਰ ਨੇ ਪੱਤਰ ਪਏ ਦਰਖਤ ਹੈ ਨਾ ਢਹਿਣ ਲੱਗੇ ਹੁਣ ਪੱਤਰ ਸਾਰੇ ਹੋਣ ਇੱਧਰ ਬੁਣ ਵੀ ਇਹ ਵੀ ਸਾਫ ਕਰਨੇ ਜੋਗਾ ਸਾਰਾ ਤਾਂ ਲੈਟਰਾਂ ਨਹੀਂ ਸਾਫ ਕਰ ਸਾ ਬਾਅਦ ਸ਼ਾਮੀ ਜੇ ਕੋਈ ਮੌਸਮ ਠੀਕ ਰਿਹਾ ਬਾਰਿਸ਼ ਬੁਰਿਸ਼ ਨਾ ਹੋਈ ਫਿਰ ਇਸਕ ਵੀ ਸਾਰੇ ਕੀ ਸਾਫ ਕਰਨੇ ਆ ਹੁਣ ਜੁਲੇ ਅੰਦਰ ਬਣਾਉਣੇ ਆ ਨਾਸ਼ਤਾ ਪਾ ਕੇ ਸਰੋਣਾ ਬਸ ਤਾਂ ਕਿਸੇ ਨੂੰ ਆ ਗਈ ਹੁਣ ਕਿਚਨ 'ਚ ਤਾਂ ਪਾ ਕੇ ਸਰੋਣਾ ਨੂੰ ਪੁੱਛਿਆ ਆਉਣੇ ਖਾਸਾ ਜੀ ਨਾ ਸੱਕੀ ਆ ਗੋਭੀ ਫਰਿੱਜੇ ਪਈ ਗੋਭੀ ਅਸਾਂ ਰਾਤੀ ਬਣਾਈ ਸੀ ਜਿਹੜੀ ਖਾਧੀ ਆ ਕੋਈ ਬਚੀ ਗਈ ਸੀ ਨਾ ਜੀ ਗੋਭੀ ਬਚੀ ਵੀ ਆ ਰਾਤ ਨਹੀਂ ਉਹਨੇ ਬਣਾਓ ਆਲੂ ਗੋਭੀ ਦੇ ਪਰਾਂਠੇ ਆਲੂ ਗੋਭੀ ਪਈ ਵੀ ਸੀ ਮੈਂ ਚਲੋ ਉਹ ਵੀ ਤੁਸੀਂ ਸ਼ੋਅ ਕਰਨੇ ਆ ਆਲੂ ਗੋਭੀ ਵੀ ਅਸਾਂ ਕੱਢੀ ਕਹਿੰਦੀ ਹੈ ਦੱਸਣੀ ਆ ਤੁਸੀਂ ਹਾਂਜੀ ਆਲੂ ਗੋਭੀ ਪਈ ਸੀ ਅਸੀਂ ਮੈਂ ਥੋੜ੍ਹਾ ਜਿਹਾ ਨਿੱਕੇ ਡੱਬੇ 'ਚ ਕੱਢੀ ਕਹਿੰਦਾ ਅਸੀਂ ਥੋੜ੍ਹਾ ਮੈਸ਼ ਕਰਨੇ ਆ ਕਿਉਂਕਿ ਆਲੂ ਥੋੜ੍ਹੇ ਜਿਹੇ ਸਖਤ ਹਨ ਮੈਸ਼ ਕਰੀ ਨਹੀਂ ਆ ਤਾਂ ਕਿ ਪਰਾਂਠੇ ਸਾਡੇ ਸਹੀ ਤਰੀਕੇ ਨਾਲ ਬਣਨ ਤਾਂ ਕੋਈ ਇੱਧਰ ਅਸਾਂ ਕਰਨੇ ਆ ਜੀ ਕਿਉਂਕਿ ਸਾਰੀ ਦਾ ਅਸਾਂ ਕਿੰਨੀ ਚੇਂਜ ਨਹੀਂ ਹੋਣ ਲੱਗੀ ਇਸ ਵਾਸਤੇ ਮੈਂ ਨਿੱਕੇ ਡੱਬੇ 'ਚ ਕੱਢੀ ਹੁੰਦੀ ਹੈ ਇੱਥੇ ਇਸਕੀ ਮੈਸ਼ ਕਰੀਨੇ ਆ ਇਹ ਤਾਂ ਮੈਸ਼ ਹੋ ਗਈ ਯਾਰ ਨਾਲ ਹੀ ਥੋੜ੍ਹਾ ਜਿਹਾ ਇਸ ਵਿੱਚ ਅਸਾਂ ਖੁਸ਼ਕਾ ਮਿਕਸ ਕਰਨੀ ਹੈ ਜੀ ਥੋੜ੍ਹਾ ਜਿਹਾ ਨਾਲ ਆਟਾ ਵੀ ਮਿਕਸ ਕਰਨੀ ਆ ਔਰ ਆਟਾ ਵੀ ਅਸਾਂ ਕੱਢੀ ਕਹਿੰਦਾ ਜੀ ਤਾਕੀ ਸਕਣੇ ਉਸ ਕੋਈ ਬਟਰ ਵੀ ਰੈਡੀ ਹੋ ਗਿਆ ਬਟਰ ਦੀ ਅਸਾਂ ਥੋੜ੍ਹਾ ਜਿਹਾ ਮੈਲਟ ਕਰੀਦਾ ਵੀ ਆਟਾ ਅਸਾਂ ਕਿ ਲੀਂਦਾ ਬਣਾਉਣੀ ਹੈ ਇਸ ਨਾਲ ਪੇੜਾ ਨਾਲ ਲਾਉਣੀ ਜੇ ਖੁਸ਼ਕਾ ਥੋੜ੍ਹਾ ਲਾਈਨੇ ਆ ਜੀ ਤਾਂ ਕੋਈ ਇਹ ਟਾਪ ਵੀ ਸਾਡੀ ਸੋਹਣੀ ਬਣੀ ਗਈ ਹੈ ਜੀ ਬਿਹਤਰੀਨ ਇਸ ਲਾਉਣੀ ਜੀ ਥੋੜ੍ਹਾ ਥੋੜ੍ਹਾ ਬਟਰ ਮਿਡਲ 'ਚ ਕਿਉਂ ਪਰਾਂਠਾ ਸਾਡਾ ਸਹੀ ਬਣੀ ਹੈ ਅਤੇ ਆਲੂ ਗੋਭੀ 'ਚ ਵੀ ਤਾਂ ਘਿਓ ਪਏ ਆ ਤੇਲ ਛੇਲ ਬਾਈ ਨਾ ਲਈ ਬਸ ਤੇਲ ਸਾਈਡਾਂ ਉੱਪਰ ਨਹੀਂ ਲਾਉਣਾ ਜੀ ਸਿਰਫ ਵਿਚਕਾਰ ਇਹ 'ਚ ਲਾਉਣਾ ਕਿਉਂਕਿ ਸਾਈਡਾਂ ਪਰ ਤੁਸੀਂ ਲਾਸੋ ਤਾਂ ਫਿਰ ਜੁੜਨ ਨਹੀਂ ਲੱਗਾ ਦੋ ਗੋਗੀਆਂ ਮੈਂ ਬਣਾਈ ਕਿੰਨੀਆਂ ਤਾਂ ਨਾਲ ਹੀ ਬਾਣੀ ਜੀ ਇਸ ਗੋਭੀ ਤੱਕਿਆ ਸੀ ਇਸ ਕੀ ਵੀ ਚੰਗੀ ਤਰ੍ਹਾਂ ਸਪਰੈਡ ਕਰੀਨੇ ਆ ਗੋਭੀ ਅਸਾਂ ਲਾਈ ਨਹੀਂ ਹੈ ਉਹ ਰੱਖਣੀ ਆ ਉੱਪਰ ਦੂਜੀ ਚਾਪ
Let me show you. ਉਹ ਇਸੇ ਸਾਈਡਾਂ ਨੂੰ ਇਹ ਕਰਨੇ ਆ ਪ੍ਰੈਸ ਉਧਰੋਂ ਦੁਆ ਲੋੜ ਵੀ ਆਏਗੀ ਇਹ ਦੁਆ ਲੋੜ ਨਾਲ ਵੀ ਰੋਲਾ ਹੈ ਸਾਈਡਾਂ ਥੋੜੀ ਥੋੜੀਆਂ ਇਹ ਦੋਹਰੀਆਂ ਕਰੀ ਲਓ ਤਾਂ ਨਾਲ ਪ੍ਰੈਸ ਕਰੀ ਲਓ ਇਸ ਤਰ੍ਹਾਂ ਤੁਸੀਂ ਕਰੀ ਸਕਦੇ ਹੋ ਜਾਂ ਵੈਸੇ ਹੀ ਪ੍ਰੈਸ ਕਰੀ ਲਓ ਚਲ ਤੱਕੋ ਜੀ ਬਿਹਤਰੀ ਸਿੰਪਲ ਬਹੁਤ ਦਬਾਈ ਦਾ ਬੇਲਣਾ ਨਹੀਂ ਮਾਰਨਾ ਇਹ ਮਾੜਾ ਜਿਹਾ ਇਹ ਤਾਂ ਕਿ ਪੱਲਾ ਜਿਹਾ ਬੇਲਣਾ ਮਾਰਨਾ ਅਤੇ ਇੱਧਰ ਅਸਾਂ ਤਵਾ ਵੀ ਰੱਖੀ ਕਿੰਨਾ ਤਵਾ ਸਾਡਾ ਟਿਕੇ ਆ ਸਿੰਪਲ ਪਾਣੀ ਥੋੜ੍ਹਾ ਜਿਹਾ ਘਿਓ ਜੀ ਬਿਲਕੁਲ ਲੋ ਹੀਟ ਪਰ ਤੁਸਾਂ ਰੱਖਣਾ ਆ ਤਵਾ ਪਹਿਲਾਂ ਗਰਮ ਸੀ ਚਲ ਇਹ ਤਾਂ ਕੋਈ ਪਰਾਂਠਾ ਸਾ ਤਵੇ ਪਰ ਸਟੀ ਦਿੰਦਾ ਆ ਇਹ ਤਾਂ ਤੁਸੀਂ ਤੱਕਣੇ ਹੋ ਜੀ ਬਿਲਕੁਲ ਲੋਹ ਮੈਂ ਕੀਤੀ ਵੀ ਹੈ ਇਸ ਉੱਪਰ ਵੀ ਥੋੜ੍ਹਾ ਥੋੜ੍ਹਾ ਬਟਰ ਲਾਈ ਛੋੜਨੀ ਆ ਆਲੂ ਗੋਭੀ ਨਾਲ ਪਰਾਂਠਾ ਸਪੈਸ਼ਲ ਰਿਕੁਐਸਟ ਔਨ ਬਾਈ ਕੈਸਰ ਬਾਈ ਕੈਸਰ ਉਹਨਾਂ ਦਾ ਮੂਡ ਬਣੀ ਗਿਆ ਜੀ ਗੋਭੀ ਤੱਕ ਦਾ ਆਲੂ ਗੋਭੀ ਤੱਕ ਹੀ ਨੇ ਪਰਾਂਠਾ ਬਣਾਓ ਹੈ ਜੀ ਨਾਸ਼ਤੇ ਚਾਹ ਜੀ ਅਸਾਂ ਪਰਾਂਠਾ ਤਾਂ ਚਲੋ ਖਾਓ ਪਰਾਂਠਾ ਅੱਜ ਪਰਾਂਠਾ ਹੀ ਤੁਸੀਂ ਬਣਾਈ ਤਾਂ ਦੇਣੀ ਆ ਇੱਧਰ ਚਾਹ ਵੀ ਅਸਾਂ ਰੱਖੀ ਹੁੰਦੀ ਹੈ ਤੁਸੀਂ ਅੱਜ ਦਿਸ ਨਹੀਂ ਹੋ ਸੀ ਕੋਈ ਦਿਸ ਨਹੀਂ ਇਹ ਤਾਂ ਕਿਸਮ ਇਹ ਚਾਹ ਵੀ ਸਾਡੀ ਦੇਸੀ ਚਾਹ ਵੀ ਨਾਲ ਭਾਈ ਕੈਸਰੋਲ ਆਪੋ ਬਣਾਈ ਦੇ ਪੱਕੀ ਹੈ ਥੋੜ੍ਹਾ ਜਿਹਾ ਅਸੀਂ ਆਈਆਂ ਲਾਈ ਕਿਲੋ ਅਸਾਂ ਕਿੰਨਾ ਤਾਂ ਉੱਚਾ ਜੀ ਇੰਨਾ ਉੱਚਾ ਮੈਂ ਕਿੰਨਾ ਕੋਈ ਨਹੀਂ ਹੈ ਥੋੜ੍ਹਾ ਜਿਹਾ ਸੀ ਉਸ ਸਾਈਡ ਨੂੰ ਪੱਕਣ ਦੇ ਨੇ ਇਤਨੀ ਦੇਰ ਤੱਕ ਅਸਾਂ ਦੋਆ ਤਿਆਰ ਕਰੀਏ ਪਰਾਂਠੇ ਕੇ ਅਸਾਂ ਪਰਤਨੇ ਹੁਣ ਤੱਕਣੇ ਆ ਕਿਆ ਕੀ ਪ੍ਰੋਗਰੈਸ ਇਹਦੇ ਸਾਹ ਦਾ ਠੀਕ ਆ ਵਾਹ ਨਾਈਸ ਇਸ ਸਾਈਡ ਵੀ ਥੋੜ੍ਹਾ ਥੋੜ੍ਹਾ ਸਾਈਡਾਂ ਪਰ ਅਸਾਂ ਬਟਰ ਲਾਈ ਛੋੜਨੇ ਗੈਸ ਓਲਡ ਵੇ ਤੁਸੀਂ ਬਿਲਕੁਲ ਮੱਠਾ ਰੱਖਣਾ ਤੇਜ਼ ਰੱਖ ਸੋ ਤਾਂ ਪਰਾਂਠਾ ਸੜੀ ਗਿਆ ਸੀ ਜੇ ਮਾਸ਼ਾਅੱਲਾ ਤੱਕੋ ਜੀ ਸਾਡਾ ਬਿਹਤਰੀਨ ਪਰਾਂਠਾ ਤਿਆਰ ਅਸੀਂ ਪਰਤਨੇ ਹਾਂ ਦੂਈ ਸਾਈਡ ਵੀ ਮੇਰਾ ਮਾਸ਼ਾਅੱਲਾ ਜੀ ਸੋਹਣਾ ਹੋ ਗਿਆ ਮਤਲਬ ਭਾਈ ਕੈਸਰੋਲ ਨੇ ਮਾੜਾ ਲਿਆ ਚਾਹ ਵੀ ਤਿਆਰ ਹੋ ਗਈ ਹੈ ਉਹ ਤੁਸੀਂ ਦੱਸਦੇ ਹਾਂ ਭਾਈ ਕੈਸਰੋਲ ਫੈਂਟਣ ਲੱਗੇ ਹੈ ਤੱਕੋ ਜੀ
ਚਲੋ ਜੀ, ਤਾਂ ਕੋਈ ਪਰੌਂਠਾ ਅਸਾਂ ਪਲੇਟਾਂ 'ਚ ਰੱਖੀ ਨਾ ਲੱਗਦਾ, ਬਿਲਕੁਲ ਤਿਆਰ ਸੀ। ਅਤੇ ਨਾਲ ਜੀ ਅਸਾਂ ਯੋਗਟ ਅਤੇ ਨਾਲ ਹੀ ਥੋੜ੍ਹਾ ਜਿਹਾ ਅਚਾਰ, ਨਹੀਂ ਸੋਹਣਾ ਬਣ ਗਿਆ। ਹੁਣ ਇਹ ਖਾਣੇ ਵਾਲੇ ਦੱਸਣ ਵੇ ਕੀ ਗਈ ਆ। ਦੇਸੀ ਚਾਹ ਵੀ ਸਾਡੀ ਬਣੀ ਗਈ ਹੈ ਜੀ। ਆਪਾਂ ਕੈਸਰੋਲ ਭੰਨਣ ਲੱਗੇ ਨਾ ਪਰੌਂਠਾ, ਮੈਂ ਤਾਂ ਟੈਸਟ ਕਰੀ ਦਾ ਤੁਸੀਂ ਦੱਸਣਗੇ ਕਿ ਕੈਸਾ। ਥੋੜ੍ਹਾ ਜਿਹਾ ਖੋਲ੍ਹ ਲੈਣਾ, ਖੋਲ੍ਹੀ ਦਾ ਦਰ ਦੱਸੀ ਜੋ ਹੈ ਜੀ। ਮਾਸ਼ਾਅੱਲਾ ਜੀ, ਬਿਹਤਰੀਨ ਤੱਕੀ ਸਕਣੀ ਉਸ ਤੋਂ। ਠੀਕ ਹੈ, ਚੈੱਕ ਕਰੋ ਹੁਣ। ਥੋੜ੍ਹੀ ਜਿਹੀ ਚਾਹ ਲਾ ਜਾਣੇ, ਨਾਲ ਥੋੜ੍ਹਾ ਦਹੀਂ ਲਾ ਜਾਣੇ। ਤਾਂ ਜੀ ਬਟਰ ਸੈਕਿੰਡ ਪਰਾਂਠਾ ਇਹ ਜੀ ਸਾਡੇ ਮਹਿਮਾਨਾਂ ਵਾਸਤੇ। ਸਾਡੇ ਭਾਈ ਐਸ਼ ਹੋਰਾਂ ਨੇ ਆਈ ਗਏ, ਉਹਨਾਂ ਦੀ ਫੈਮਿਲੀ ਵੀ ਆਈ ਗਈ ਹੈ। ਮੈਂ ਚਲੋ ਉਹਨਾਂ ਵਾਸਤੇ ਬਣਾਈ ਛੋੜਨੇ ਆ, ਉਹ ਵੀ ਖਾਈ ਗਏ ਸਰ, ਕਿਉਂਕਿ ਸਾਡੇ ਭਾਈ ਐਸ਼ ਹੋਰ ਵੀ ਬੜੇ ਸ਼ੌਂਕ ਨਾਲ ਪਰਾਂਠਾ ਖਾਣੇ। ਜੇ ਦੂਆ ਪਰਾਂਠਾ ਵੀ ਅਸਾਂ ਟੇਨ ਓਵਰ ਕਰੀ ਦਾ ਜੀ। ਜੀ ਮਾਸ਼ਾਅੱਲਾ ਜੀ, ਤਾਂ ਕੋਈ ਸਾਡਾ ਦੂਆ ਪਰਾਂਠਾ ਵੀ ਤਿਆਰ ਜੀ, ਬਿਹਤਰੀਨ ਹੋ ਗਿਆ ਜੀ ਇਹ ਵੀ। ਜੀ ਉਮੀਦ ਕਰਦੇ ਕਿ ਅੱਜ ਨੀ ਛੋਟੀ ਜੀ ਨਾਸ਼ਤੇ ਨੀ ਜ਼ਬਰਦਸਤ ਵੀਡੀਓ ਤੁਸੀਂ ਪਸੰਦ ਆਈ ਹੋ ਸੀ। ਪਸੰਦ ਆਈ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੀ ਜੋੜੋ। ਤੁਸੀਂ ਮਿਲਸਾਂ ਅਗਲੀ ਵੀਡੀਓ ਅਗਲੇ ਵਲੌਗ 'ਚ। ਇਤਨੀ ਦੇਰ ਤੱਕ ਆਪਣਾ ਵੀ ਖਿਆਲ ਰੱਖੇ, ਮਾੜੇ ਵਾਸਤੇ ਦੁਆ ਕਰੀ ਜੁੜੇ। ਅੱਲਾ ਹਾਫਿਜ਼।